ਤੇ ਵੱਖੋ ਦੇ ਬਾਅਦ ਸਵਾਗਤ ਹੈ ਜੀ ਵਿਚਾਰ ਵਟਾਂਦਰਾ ਅਸੀਂ ਜਾਰੀ ਰੱਖਿਆ ਹੋਇਆ ਕਾਲਰਸ ਕਾਫੀ ਸਾਰੇ ਇਸ ਟਾਈਮ ਫੋਨ ਲਾਈਨ ਦੇ ਉੱਤੇ ਜੁੜੇ ਹੋਏ ਨੇ ਉਹਨਾਂ ਦੇ ਵਿਚਾਰ ਵੀ ਆਪਾਂ ਸੁਣ ਲਈਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਪਰਮਜੀਤ ਬਰਮਿੰਘਮ ਯੂਕੇ ਤੋਂ ਬੋਲਦਾ ਜੀ ਜੀ ਪਰਮਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਭਾਈ ਸਾਹਿਬ ਨੇ ਕਿਹਾ ਕਿ ਉਹਨਾਂ ਦੀ ਸਿਕਿਉਰਿਟੀ ਥੋਣੀ ਚਾਹੀਦੀ ਆ ਇਹ ਬਿਲਕੁਲ ਠੀਕ ਗੱਲ ਆ ਉਹਨਾਂ ਨੂੰ 40-40 50-50 ਬੰਦੇ ਦਿੱਤੇ ਜਾਂਦੇ ਕਿਉਂ ਦਿੱਤੇ ਜਾਂਦੇ ਆ ਤੇ ਜਦੋਂ ਪ੍ਰਾਈਮ ਮਿਨਿਸਟਰ ਪੰਜਾਬ ਜਲੰਧਰ ਆਉਂਦਾ ਜਾਂ ਕਿਤੇ ਵੀ ਆਉਂਦਾ ਉਹ 500-100 ਬੰਦਾ ਉਹਦੀ ਡਿਊਟੀ ਤੇ ਲੱਗਾ ਹੁੰਦਾ ਇਹ ਸਾਰਾ ਪੈਸਾ ਤਾਂ ਪੰਜਾਬ ਦਾ ਇਹ ਖਾਈ ਜਾਂਦੇ ਆ ਜਿੱਥੇ ਦੋ ਬੰਦੇ ਚਾਹੀਦੇ ਉੱਥੇ 10 ਬੰਦੇ ਲਾਏ ਆ ਇਹਨਾਂ ਨੇ ਪੁਲਿਸ ਦੇ ਵਿੱਚ ਬਿਲਕੁਲ ਉਹਦੀ ਗੱਲ ਸਹੀ ਆ ਭਾਈ ਸਾਹਿਬ ਦੀ ਜਿਹਨੇ ਇਹ ਗੱਲ ਕੀਤੀ ਆ ਬਾਕੀ ਆਪਣੇ ਜਿਹੜੇ ਬਾਕੀ ਹੋਰ ਵੀ ਚੈਨਲ ਚੱਲਦੇ ਆ ਉਹਨਾਂ ਨੂੰ ਵੀ ਜਿੱਦਾਂ ਤੁਹਾਡਾ ਨੰਬਰ ਮੋੜੇ ਆਉਂਦਾ ਇਹਦਾ ਨੰਬਰ ਦੇਣਾ ਚਾਹੀਦਾ ਤਾਂ ਕਿ ਕੋਈ ਬੰਦਾ ਹੋਰ ਵੀ ਗੱਲ ਕਰ ਸਕੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਹੋਰ ਵੀ ਕਾਲਰਸ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਪੁਰਾਣੀ ਉਸ ਰੋਜ਼ ਭੁੱਲ ਜਾਂਦੇ ਨੇ ਅੱਜ ਤੂੰ ਇਸ ਸੀਟ ਤੇ ਬੈਠ ਲੱਗਾ ਤੇ ਭੱਲਾ ਕੰਮ ਕਰਨਾ ਤੇ ਬਿਲਕੁਲ ਇਨਸਾਫ ਕਰਨਾ ਤਾਂ ਜੇ ਇਹਨਾਂ ਨੂੰ ਯਾਦ ਰਵੇ ਕਿ ਅਸੀਂ ਕਰਨਾ ਮੈਂ ਅੱਗੇ ਤੇ ਸੁਣਦਾ ਸੀ ਨਾ ਕਿ ਨੇਤਾ ਜਿਹੜੇ ਨੇ ਉਹ ਰਿਸ਼ਵਤ ਲੈਂਦੇ ਪਰ ਮੇਰੇ ਇਸ ਕੇਸ ਵਿੱਚ ਨੇਤਾ ਫੜਿਆ ਗਿਆ ਰਿਸ਼ਵਤ ਦਿੰਦੇ ਹੋਇਆ ਇੱਕ ਆਦਮੀ ਨੇਤਾ ਸੀ ਤੇ ਉਹ ਗਿਆ ਆਪਣੇ ਬੁੱਢੇ ਆਦਮੀ ਕੋਲ ਕਹਿਣ ਲੱਗਾ ਯਾਰ ਮੈਨੂੰ ਤੂੰ ਵੋਟ ਦੇਈ ਐਲ 1000 ਰੁਪਿਆ ਤੇ ਵੋਟ ਦਾ ਤੇ ਤੂੰ ਮੈਨੂੰ ਵੋਟ ਦੇਈ ਉਹ ਬੁੱਢਾ ਕਹਿਣ ਲੱਗਾ ਮੈਂ ਬੁੱਢਾ ਆਦਮੀ ਹਾਂ ਤੂੰ ਇੰਜ ਕਰ ਮੈਂ ਖੋਤਾ ਲੈ ਦੇ ਉਹ ਕਹਿਣ ਲੱਗਾ ਠੀਕ ਹੈ ਗਿਆ ਜਾ ਕੇ ਖੋਤੇ ਦਾ ਪਤਾ ਕੀਤਾ ਤੇ 20,000 ਰੁਪਏ ਦਾ ਖੋਤਾ ਹੁੰਦਾ ਸੀ ਤੇ ਉਹ ਵਾਪਸ ਆ ਗਿਆ ਕਹਿੰਦਾ ਬਜ਼ੁਰਗੋ 20,000 ਤੋਂ ਘੱਟ ਖੋਤਾ ਨਹੀਂ ਮਿਲਦਾ ਮੈਂ ਖੋਤਾ ਤੇ ਨਹੀਂ ਦੇ ਸਕਦਾ 1000 ਰੁਪਿਆ ਹੀ ਦੇ ਸਕਦਾ ਤੇ ਬੁੱਢਾ ਕਹਿਣ ਲੱਗਾ ਯਾਰ ਮੇਰੀ ਜਿਹੜੀ ਵੈਲਿਊ ਤੂੰ ਖੋਤੇ ਤੂੰ ਹੀ ਥੱਲੇ ਪਾਈ ਹੈ ਮਤਲਬ ਖੋਤੇ ਜਿੰਨੀ ਮੇਰੀ ਵੈਲਿਊ ਨਹੀਂ ਹੈਗੀ ਇਨਸਾਨ ਦੀ ਤੂੰ ਕਹਿੰਦਾ ਭਾਵੇਂ ਕਿ ਇਹਨਾਂ ਨੂੰ ਵੈਲਿਊ ਪਵੇ ਤਾਂ ਹੀ ਬਾਕੀ ਦੂਜੇ ਕਿ ਇਹਨਾਂ ਸਾਰਿਆਂ ਨੂੰ ਨਾ ਕਦੇ ਉਹਨਾਂ ਕੀ ਹੋ ਰਿਹਾ ਪੰਜਾਬ ਵਿੱਚ ਕਦੇ ਇੱਧਰ ਜਲੂਸ ਨਿਕਲ ਗਿਆ ਕਦੇ ਇੱਧਰ ਨਿਕਲਿਆ ਅੱਗੇ ਡਰੱਗ ਨੇ ਮਾਰਿਆ ਹੁਣ ਜਲੂਸਾਂ ਨੇ ਮਾਰਿਆ ਸਾਰੇ ਕੰਮ ਕਿਸ ਤਰ੍ਹਾਂ ਚੱਲਦੇ ਹੋਣਗੇ ਜੇ ਲੱਖਾਂ ਆਦਮੀ ਬੈਠੇ ਜਲੂਸਾਂ ਦੇ ਵਿੱਚ ਤੇ ਮੈਂ ਆਉਣਾ ਦੇਖੋ ਇੰਗਲੈਂਡ ਵਿੱਚ ਕਦੇ ਮੈਂ ਜਲੂਸ ਨਹੀਂ ਤੱਕਿਆ ਜਲੂਸ ਨਿਕਲਦਾ ਪਤਾ ਕਿ ਨਾ ਆਪਣੇ ਬੰਦੇ ਹੀ ਕੱਢਦੇ ਹੁੰਦੇ ਤੱਕੇ ਮੈਂ ਗੋਰਿਆਂ ਨੂੰ ਕਦੇ ਨਹੀਂ ਦੇਖਿਆ ਆਪਣੇ ਕੰਮ ਵਿੱਚ ਲੱਗੇ ਆਪਣੇ ਜੇ ਕੰਮ ਵਿੱਚ ਲੱਗੇ ਰਹਿਣ ਨਾ ਸਾਰੇ ਤੇ ਮੇਰਾ ਖਿਆਲ ਇਹ ਗਲਤ ਕੋਈ ਕੰਮ ਕਰੇ ਵੀ ਨਾ ਜੀ ਜੀ ਬਹੁਤ ਬਹੁਤ ਵਿਹਲੇ ਬੰਦੇ ਨਾ ਉਹ ਸ਼ੈਤਾਨੀਆਂ ਸੋਚਦੀਆਂ ਤੇ ਇਸ ਵਾਰ ਲੱਗਦੇ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਕਾਸ਼ ਸਿੰਘ ਬੋਲ ਰਿਹਾ ਜੀ ਬਰਮਿੰਘਮ ਤੋਂ ਜੀ ਕੀ ਕਹਿਣਾ ਚਾਹੋਗੇ ਹਾਂਜੀ ਹਰਗੀਤ ਸਾਹਿਬ ਮੈਂ ਕਹਿਣਾ ਆਪਣੇ ਕੋਲ ਜਿਹੜੇ ਬੈਠੇ ਆ ਸੱਜਣ ਬੜੇ ਹੀ ਸਮਝਦਾਰ ਆ ਤੁਸੀਂ ਵੀ ਬੜੇ ਸਮਝਦਾਰ ਆ ਆ ਜਿਹੜੀ ਭਰਾਵਾ ਮਾਰੂ ਜੰਗ ਲਾ ਕੇ ਨਾ ਪੰਜਾਬ ਦੇ ਵਿੱਚ ਇਹ ਠੀਕ ਨੀ ਹੈਗੀ ਸਾਡੇ ਭਵਿੱਖ ਤੇ ਇਹਨੂੰ ਕਿਸੇ ਤਰ੍ਹਾਂ ਹਟਾਓ ਇਹ ਕਿਸੇ ਵੀ ਤਰੀਕੇ ਨਾਲ ਉਠਾਇਆ ਜਾਵੇ ਇਧਰੋਂ ਇਹ ਵੜਕਾਂ ਮਾਰੀ ਜਾਂਦੇ ਉਧਰੋਂ ਉਹ ਵੜਕਾਂ ਮਾਰੀ ਜਾਂਦੇ ਆ ਨੁਕਸਾਨ ਹੁੰਦਾ ਸਾਡਾ ਸੱਜਣਾ ਆਪਣਾ ਇਹ ਸੋਚ ਲਓ ਉਧਰੋਂ ਉਹ ਕਹਿੰਦੇ ਅਸੀਂ ਨੀ ਜੀ ਆਉਣ ਦੇਣਾ ਇੱਧਰ ਨੂੰ ਅਸੀਂ ਐਂ ਕਰ ਦਾਂਗੇ ਉਧਰੋਂ ਉਹ ਕਹਿੰਦੇ ਆ ਜੀ ਇੱਥੇ ਆਓ ਖਾਲਿਸਤਾਨ ਬਣਾਓ ਜਾ ਕੇ ਅਮਰੀਕਾ ਦੀ ਕਨੇਡਾ ਅਮਰੀਕਾ ਦੇ ਵਿੱਚ ਦੇਖੋ ਇਹ ਲੜਦੇ ਅਸੀਂ ਰਹੇ ਹਾਂ ਜੀ ਇਹਨੂੰ ਕਿਸ ਤਰ੍ਹਾਂ ਚੁੱਪ ਕਰਾਓ ਕੋਈ ਦੇਖੋ ਜੋ ਕੁਛ ਅੱਗੇ ਹੋ ਗਏ ਮਹਾਰਾਜ ਦੀ ਜੋ ਵੀ ਬੇਅਦਬੀ ਹੋਈ ਆ ਬੜਾ ਹੀ ਦੁੱਖਦਾਈ ਗੱਲ ਹੋਈ ਆ ਜੀ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਮੇਰੇ ਨਾਲ ਹੋਰ ਵੀ ਬਹੁਤ ਸਾਰੇ ਕਾਲਰਸ ਨੇ ਲੇਕਿਨ ਮੈਂ ਇੱਥੇ ਜ਼ਰੂਰ ਨਵੀਨ ਜੀ ਨਾਲ ਵੀ ਗੱਲ ਕਰਨਾ ਚਾਹਾਂਗਾ ਆਪਾਂ ਵਿਚਾਰ ਕਰ ਰਹੇ ਸੀਗੇ ਕਿ ਵਟ ਕੈਨ ਬੀ ਦੀ ਅਪਰੋਚ ਆਫ ਕੈਪਟਨ ਅਮਰਿੰਦਰ ਸਿੰਘ ਨਾਓ ਔਰ ਸਭ ਤੋਂ ਵੱਡੀ ਗੱਲ ਇੱਥੇ ਜਿਹੜੀ ਹੁਣ ਸਮਝ ਆਉਂਦੀ ਹੈ ਕਿ ਜਿਹੜੀ ਐੱਸ ਆਈ ਟੀ ਦਾ ਗਠਨ ਕਰਨਾ ਚਾਹੀਦਾ ਸੀਗਾ ਕਿ ਤੁਹਾਨੂੰ ਪਤਾ ਹੈ ਕਿ ਸਿੱਖ ਡਾਇਸਪੋਰਾ ਦੇ ਵਿੱਚ ਇੰਨਾ ਰੋਸ਼ ਹੈਗਾ ਪੰਜਾਬ ਦੇ ਵਿੱਚ ਵਸਦੇ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਇੰਨਾ ਰੋਸ਼ ਹੈਗਾ ਅਤੇ ਇੱਕ ਹਫ਼ਤੇ ਦੇ ਵਿੱਚ ਕੁਛ ਨਾ ਕੁਛ ਤਾਂ ਇਨਵੈਸਟੀਗੇਸ਼ਨ ਸਾਹਮਣੇ ਆਉਂਦੀ ਤਾਂ ਪਤਾ ਚੱਲ ਜਾਂਦਾ ਵਟ ਯੂ ਥਿੰਕ ਕਿ ਇਹ ਮਾਸਟਰ ਸਟ੍ਰੋਕ ਕੈਪਟਨ ਅਮਰਿੰਦਰ ਸਿੰਘ ਲਗਾਉਣਗੇ ਸੈਂਚਰੀ ਲੱਗੇਗੀ ਲੱਗੇਗੀ ਕਿ ਸਿਰਫ ਡਕਟ ਆਊਟ ਹੋ ਜਾਏਗੀ ਟੀਮ ਫਿਰ ਦੁਬਾਰਾ ਹਾਲੇ ਡਿਲੇ ਹੈ ਜੋ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਸਟਾਈਲ ਆਫ ਫੰਕਸ਼ਨਿੰਗ ਹੈ ਇਟਸ ਅ ਡਿਲੇ ਇਨ ਟੇਕਿੰਗ ਡਿਸੀਜਨਸ ਉਹ ਉਹਨਾਂ ਦਾ ਤਰੀਕਾ ਹੈ ਜੀ ਇੱਕ ਤਰੀਕਾ ਇੱਕ ਖਬਰ ਹੋਰ ਵੀ ਹੈ ਕਿ ਜਿਸ ਤਰ੍ਹਾਂ ਦਲਜੀਤ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਸਾਬਕਾ ਮੰਤਰੀ ਨੇ ਉਹਨਾਂ ਨੇ ਖੁਦ ਇੱਕ ਬਿਆਨ ਦਿੱਤਾ ਕਿ ਅਗਰ ਕੈਪਟਨ ਅਮਰਿੰਦਰ ਸਿੰਘ ਨੇ
पुलिस की एक एस आई टी बनाने का हुक्म दिता है या फैसला लिता है तो यदा मतलब वो आप ही जस्टिस रणजीत सिंह की जी कमीशन की रिपोर्ट है उन्होंने रिजैक्ट कर रहे हैं टैक्नीकली क्योंकि जस्टिस रणजीत सिंह जी कमीशन है रिटायर्ड जस्टिस की वो यही सी कि यदि अगली प्रोब CBI तो कराई जाए रिकमेंडेशन CBI तो करा दी सी और तुम CBI तो केस वापस लैके पुलिस को दे रहे हो इट मीनस यू योर सैल्फ इज डिनाइंग द जस्टिस रणजीत सिंह कमीशन रिपोर्ट है एक सब तो व्डा पॉइंट है लेकिन देर कहते कि अगर CBI दिता गया जिमें हूँ सुखपाल खैरा उन्होंने भी अपना बयान दिता आम आदमी पार्टी के जो होर बुलारे उन्होंने भी अपना बयान दिता कांग्रेस के भी कई जो होर हिमायती ने उन्होंने बयान दिता कि जेकर CBI दिता तो ठंडे बिस्तरे के चला जाएगा तो कैप्टन अमरिंदर सिंह खुद अगवाई करनी चाहिए नहीं फिर अगर वो जस्टिस रणजीत सिंह कमीशन अगे लैके चल रहे हैं उन्होंने इन्ना टाइम दिता उन्होंने इन्नी तवज्जो दी इंपोर्टेंस दी तो जिस जस्टिस ने एक कमीशन ने एक रिकमेंडेशन दी तुम उन्होंने टैक्नीकली रिजैक्ट करके अपना फैसला ले रहे हो तो इट मीनस यू आर वेस्टड इज टाइम एंड एवरीथिंग इट मीनस टैक्नीकली यू आर रिजैक्टिंग हिज रिपोर्ट वन दूसरी खबर यह भी है कि जो यह फैसला लिया गया कि पुलिस वाले ही करेंगे SIT बनाई जाएगी विद इन कांग्रेस लीडर्स दे विच भी डिस्प्यूट सी कि तुसी पुलिस नू क्यों दे रहे हो उहदे बावजूद भी कैप्टन ने अनाउंस कर दिता उस तो बावजूद भी यह फैसला हो गया उस तो बाद एक चीज़ां नू टालन दा जो सरकार दा रवैया हुंदा तुसी आई देख लो हफ्ता हो गया हाले तक ना तो SIT दा स्वरूप पता जे ना पता जे SIT च कि अफसर शामिल होणगे कि अफसरां नू जिम्मेवारी दी जाएगी हाले तक कुछ नहीं एक गल चलो ए सामने आ गई कि जी SIT दा गठन होना चाहिए सीगा लेट्स टॉक मोर अबाउट श्रोमणी अकाली दल बादल एंड सुखबीर बादल नाउ ही इज द लीडर ऑफ यू नो श्रोमणी अकाली दल बादल एज वैल तो तुहानू की लगता है कि फैसले उन्होंने अजे गलत ले अपने समय दे विच सरकार दे दौरान जिदा खामियाजा हुण उन्होंने भुगतना पै रहा है इस टाइम देखो खामियाजा तो भुगतना पै रहा बट मोरली दे विल नेवर एक्सैप्ट इट जी दे विल नेवर से कि वी हैव टेकन सम रोंग डिसीजन उस समय तुम मनो होम मिनिस्ट्री का चार्ज सुखबीर बादल के कोल सी पुलिस अफसर के कोल आदेश गए पुलिस का जो तंत्र है किस तरह काम करता पुलिस जो उत्तों ऑर्डर आता उ कहता जो पॉलिटिशियन पुलिस DGP ऑर्डर देंगे DGP वो करेगा DGP अपने मातहत जो दूजे जूनियर अफसर होंगे उन्होंने कहेगा वो करेंगे हूँ यही इन्वेस्टिगेशन हो रही कि ऑर्डर आए कितों से ऑर्डर सारी इन्वेस्टिगेशन भी इसे भी हुई कमीशन ने भी हुई लेकिन जितों तक मैं समझदा मोरली एथिकली या किसी भी चीज़ को शिरोमणि अकाली दल दे लीडर्स ने दे विल नेवर एक्सेप्ट इट अच्छा व्हाट डू यू थिंक जेड़ा इना खजाना खाली हो गया ना इना करजाई हो गया पंजाब 10 साल दे विच इन्होंने दिखाया कि असी ए डेवलपमेंट्स कीती आपा सड़कां दा निर्माण करता आपा जेड़े होर विरासत खालसा जेड़े सामने ले आउंदे हन हेरिटेज सामने ले आउंदे हन अमृतसर दा कि आपा इत्थे इत्थे पैसा लाया लेकिन एंड ऑफ द डे किसान उत्थे दा उत्थे रोजगार अजे भी पंजाब दे विच नहीं चिट्टा बदस्तूर जारी है उस तो बाद जेड़े आंगनवाड़ी वर्कर्स ने वो अजे तक अपनी मांग कर रहे हैं बजुर्गों को पेंशन मिल नहीं रही आटा दाल स्कीम जी इन्होंने एक बहुत चालू एक चीज़ है एक ना सा इंडिया के पॉलिटिशियंस का काम करने का स्टाइल हूँ हूँ अब नरेंद्र मोदी की सरकार है पूरे केंद्र सरकार का काम काज से लोग सवाल चुकते हैं यह वादा किया वो वादा पूरा नहीं किया पर यह मान के चलो गुजरात में 2900 करोड़ रुपए की मूर्ति बनती पई है 2900 करोड़ रुपया सरकार उस मूर्ति बनाने खर्च कर रही है जो यूपी मायावती तो मायावती ने हाथी ला के तो दूजे ला के किन्ने सारे पार्क नोएडा ते लखनऊ विच बनाते इस तरह ही जिस तरह इन्होंने चलो इन्होंने तो फिर भी धर्म प्रचार का काम किया म्यूजियम लाए इन्होंने अपना तो कोई परसनल कुछ चीज़ नहीं बनाई तो वो एक चीज़ हैगी है कि जो सरकार आंदियां ने सरकार अपनी मर्जी नाल खर्चा कर दी उन्होंने जो प्रायोरिटी लगती है वोट बैंक नू देख के या अपनी चीज़ों देख के दे कंसीडर दैट हूँ असं कही कि मायावती ने स्कूलों के उत्ते पैसा क्यों नहीं लाया मायावती ने फलाने चीज़ों के क्यों लाया उन्हें मूर्तियां क्यों बनाती हूँ अभी नरेंद्र मोदी कोई सवाल पूछे कि 2900 करोड़ रुपए की गुजरात में मूर्ति बनाते पे हो 2900 करोड़ रुपए का कोई शिक्षा एजुकेशन या किसी मेडिकल च ला देंगे पैसा केरला दे देंगे केरला जुड़े हुए मैं बहुत पिछे आ जो जानते मैं सिर्फ चार लेना ही चीज पूरा करना है जी 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 देखो किन्ने हमले हुए हिस्ट्रियां पुरानी सानू याद है महमूद गजनवी अबदाली सिकंदर किन्ने कुछ लुट्टा उन्होंने साडे हिंदुस्तान पंजाब जान के कीतियां ते साडे गुरुआं ने किन्नियां रोकां रंग जब अपना सब कुछ कुर्बान कर दिता इस आपकी कौम लई जी 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 ते अज साडी कौम विच ही देखो मैं चार लेना चाहुंदा कहणियां चाहुंदा कि नवी हिस्ट्री नवे फसाने जी अगे तो पुरानी हिस्ट्री हुण तां नवी हिस्ट्री साडी बनती जा रही है कि नवे शिकारी नवे निशाने और नवे चिराग नवे परवाने नवे नवे दिलदार
ਸਮੇਂ ਦੀ ਨਵੀਓ ਨਵੀਂ ਬਹਾਰ ਕਹਿੰਦਾ ਨਵੇਂ ਤਮਾਸ਼ੇ ਨਵੇਂ ਮਦਾਰੀ ਉਹ ਨਵੇਂ ਦੇਵਤੇ ਨਵੇਂ ਪੁਜਾਰੀ ਉਹ ਨਵੇਂ ਕੌਲ ਇਕਰਾਰ ਜੋ ਨਿਤ ਨਿਤ ਕੌਲ ਇਕਰਾਰ ਜਿਹੜੇ ਕੀ ਤੁਹਾਡੇ ਖਿਆਲ ਜੇ ਪੂਰੇ ਹੋ ਜਾਣੇ ਆ ਸਹੀ ਗੱਲ ਹੈ ਜੀ ਆਹ ਦੋ ਲਾਈਨਾਂ ਮੈਂ ਤੁਹਾਨੂੰ ਰਾਜਾ ਸਾਹਿਬ ਦੇ ਕਹਿੰਦਾ ਮਸ਼ੂਕਣ ਦੀ ਚਾਲ ਪੁਰਾਣੀ ਉਹ ਗੱਲਾਂ ਨਾਲ ਰਿੜਕਣਾ ਪਾਣੀ ਨਾ ਮਰਨਾ ਨਾ ਮੰਜੀ ਚਾਣੀ ਉਹ ਲਾਈ ਰੱਖਣੀ ਲਾਰ ਇਹ ਲਾਰੇ ਸੁਣੀ ਚੱਲੋ ਠੀਕ ਹੈ ਜੀ ਠੀਕ ਹੈ ਮੱਖਣ ਸਿੰਘ ਜੀ ਕਹਿੰਦਾ ਨਵੀਂ ਕਿਸਮ ਦੀ ਅਮਨ ਪਸੰਦਿਓ ਜੀਵ ਕਲਮ ਦੀ ਨਾਕਾਬੰਦੀ ਜੀ ਆਜ਼ਾਦੀ ਦੇ ਸਿਰ ਤੇ ਲਟਕੇ ਉਹ ਤਾਕਤ ਦੀ ਤਲਵਾਰ ਉੱਥੇ ਤਾਂ ਦੋਨਾਂ ਦੀਆਂ ਤਾਕਤਾਂ ਦੀ ਤਲਵਾਰ ਉੱਥੇ ਲਟਕ ਰਹੀ ਆ ਕਿਹੜਾ ਇਨਸਾਫ਼ ਤੁਸੀਂ ਇਹਨਾਂ ਕੋ ਮੰਗਦੇ ਆ ਤੁਸੀਂ ਜੀ 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 ਬਹੁਤ ਬਹੁਤ ਧੰਨਵਾਦ ਮੱਖਣ ਸਿੰਘ ਜੀ ਦੇਖੋ ਮੈਂ ਉਹ ਹੋ ਗਿਆ ਪੂਰੀ ਤੁਹਾਡੀ ਚਲੋ ਠੀਕ ਹੈ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੱਖਣ ਜੀ ਥੈਂਕ ਯੂ ਵੈਰੀ ਮੱਚ ਕਿਉਂਕਿ ਸਮਾਂ ਇੱਥੇ ਜ਼ਿਆਦਾ ਮੈਨੂੰ ਬ੍ਰੇਕ ਲਈ ਦੇ ਰਿਹਾ ਬ੍ਰੇਕ ਤੋਂ ਬਾਅਦ ਅਸੀਂ ਆਵਾਂਗੇ ਮੈਂ ਵੇਖ ਪਾ ਰਿਹਾ ਕਿ ਕਾਫੀ ਸਾਰੀ ਕਾਲਸ ਇਸ ਟਾਈਮ ਲਾਈਨ ਦੇ ਵਿੱਚ ਨੇ ਤੁਸੀਂ ਆਪਣੀ ਫੋਨ ਕਾਲ ਨੂੰ ਕੱਟਿਓ ਨਾ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਆਪਣੀ ਲਾਈਨ ਨੂੰ ਕਿਊ ਦੇ ਵਿੱਚ ਪਾ ਦਿਓ ਲਵਾਂਗਾ ਤੁਹਾਡੇ ਵਿਚਾਰ ਵੀ ਇਸ ਬ੍ਰੇਕ ਤੋਂ ਉਸ ਪਾਰ